हां जी दोस्तों ਤੁਹਾਡਾ ਸਾਰਿਆਂ ਸਵਾਗਤ ਹੈ ਆਪਣੇ YouTube ਚੈਨਲ HKB ਤੇ ਅੱਜ ਜਿ세 ਤੁਹਾਡੇ ਲਈ 7ਵੀਂ ਜਮਾਤ ਦਾ ਜੋ ਸਾਇੰਸ ਵਿਸ਼ਾ ਤਨਮ ਤੂ ਪ੍ਰੀਖਿਆ ਹੋਣੀ ਹੈ 2023-24 ਦੀ ਉਹ ਲੈ ਕੇ ਆ ਚੁੱਕੇ ਹਾਂ ਬਿਲਕੁਲ ਸੋਲਵਡ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਜੋ ਪੇਪਰ ਦੀ PDF ਆ ਸਭ ਤੋਂ ਪਹਿਲੇ ਮਿਲਦੇ ਰਹੇ ਤੇ ਤੁਹਾਨੂੰ ਦੱਸ ਦਈਏ ਇਹ ਪੇਪਰ ਦੀ PDF ਤੁਹਾਨੂੰ ਆਪਣੇ Telegram ਅਤੇ ਬਸ ਸਵੈ ਚੈਨਲ ਵਿੱਚੋਂ ਆਸਾਨੀ ਨਾਲ ਪ੍ਰਾਪਤ ਹੋ ਜਾਵੇਗੀ। ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਤੁਸੀਂ ਜਦੋਂ ਮਲਜੋ ਤੇ ਕਲਿੱਕ ਕਰਕੇ ਜੁਆਇਨ ਹੋ ਸਕਦੇ ਹੋ। ਉੱਥੇ ਤੁਸੀਂ ਪੇਪਰ ਦੀ ਪੀਡੀਐਫ ਦੇਖ ਕੇ ਆਪਣੀ ਤਿਆਰੀ ਕਰ ਸਕਦੇ ਹੋ। ਚਲੋ ਆਪਾਂ ਪੇਪਰ ਵੱਲ ਵਧਦੇ ਹਾਂ। ਇਹ ਪੇਪਰ ਕੋਸ ਸਮਤਨ ਕਾਂਤਿਤ ਦੇ ਕੁੱਲ ਅੰਕ 17 ਹੋਣਗੇ। ਪ੍ਰਸ਼ਨ ਨੰਬਰ 1 ਹੇਠ ਲਿਖਿਆ ਵਿੱਚੋਂ ਸਹੀ ਵਿਕਲਪ ਦੀ ਚੋਣ ਕਰੋ। 9 ਪ੍ਰਸ਼ਨ ਹੋਣਗੇ ਤੇ ਇੱਕ-ਇੱਕ ਅੰਕ ਦੇ ਹੋਣਗੇ। ਪ੍ਰਸ਼ਨ ਨੰਬਰ 1 ਪੌਦੇ ਦਾ ਪੌਜਣਾ ਉਹ ਦੰਦਾ ਪੌਜਣ ਕਾਰਖਾਨਾ ਹੈ ਇਹਦਾ ਕਾਰਖਾਨਾ ਆਜੂਆ ਪੱਤਾ ਪੱਤਾ ਕਿਹਸਾ ਦੇਪਾ ਅਗੇ ਦੂਸਰਾ ਜਿਹੜੇ ਜੰਤੂ ਕੇਵਲ ਪੌਦੇ ਖਾਂਦੇ ਹਨ ਉਹ ਕੀ ਕਹਾਉਂਦੇ ਨੇ ਸ਼ਾਕਾਹਾਰੀ ਉਹ ਸ਼ਾਕਾਹਾਰੀ ਜਾਨਵਰ ਹੁੰਦੇ ਨੇ ਅਗੇ ਤੀਸਰਾ ਊਨ ਆਮ ਤੌਰ ਤੇ ਪ੍ਰਾਪਤ ਕੀਤੀ ਜਾਂਦੀ ਹੈ ਊਨ ਕਿਤੋਂ ਪ੍ਰਾਪਤ ਕੀਤੀ ਜਾਂਦੀ ਹੈ ਪੇੜ ਤੋਂ ਵੀ ਕੀਤੀ ਜਾਂਦੀ ਹੈ ਬਕਰੀ ਤੋਂ ਵੀ ਕੀਤੀ ਜਾਂਦੀ ਹੈ ਜਾਗ ਤੋਂ ਵੀ ਕੀਤੀ ਜਾਂਦੀ ਹੈ ਤੇ ਇਹਦਾ ਸਜੂ ਉਪਰੋਕਤ ਸਾਰੇ ਉਪਰੋਕਤ ਸਾਰੇ ਦਾ ਅਨਸਰ ਆਜੂ ਅਗਿਆ ਚੌਥਾ ਸਿਰਕੇ ਅਤੇ ਮਿੱਠੇ ਸੋਧੇ ਨੂੰ ਮਿਲਾਉਣ ਤੇ ਕਿਹੜੀ ਗੈਸ ਪੈਦਾ ਹੁੰਦੀ ਹੈ ਇਹਦਾ ਸਜੋ ਕਿਹੜੀ ਗੈਸ ਪੈਦਾ ਹੁੰਦੀ ਹੈ ਹਾਈਡਰੋਜਨ ਊੜਾ ਇਹਦਾ ਰਾਈਟ ਆਨਸਰ ਆ ਅਗਿਆ ਪੰਜਵਾਂ ਧਰਤੀ ਦੇ ਸਭ ਤੋਂ ਵੱਡਾ ਮਲੂਥਰ ਸਭ ਤੋਂ ਵੱਡਾ ਮਲੂਥਰ ਕਿਹੜਾ ਹੈਗਾ ਅਲਬਮ ਮਲੂਥਰ ਪਤਾ ਊੜਾ ਇਹਦਾ ਸਹੀ ਆ ਜੂਆ ਦੇ ਸ਼ੇਮਾ ਪ੍ਰਸ਼ਨ ਖੋਰ ਪੋ ਖੋਲ ਰੁਕਦਾ ਹੈ ਪੋ ਖੁਲ ਕੇ ਮੇ ਰੁਕਦਾ ਇਹਦਾ ਅਸਰ ਆ ਜੂਗਾ ਰੁੱਖ ਰਗਾਉਣ ਨਾਲ ਮਤਲਬ ਇਹਦਾ ਅਸਰ ਹੈਗਾ ਆੜਾ ਰੁੱਖ ਰਗਾਉਣ ਨਾਲ ਅੱਗੇ ਕੇ ਸਤਵਾਂ ਸੁਖਮ ਜੀਵ ਮ੍ਰਿਤ ਜੀਵਾਂ ਤੇ ਕਿਰਿਆ ਕਰਕੇ ਪੈਦਾ ਕਰ ਪੈਦਾ ਕਰਦੇ ਹਨ ਇਹਦਾ ਸਤਵੇਂ ਦਾ ਕੀ ਅਸਰ ਆ ਜੂ ਕੀ ਪੈਦਾ ਕਰਦੇ ਨੇ ਮੱਲੜ ਉੜਾ ਜੂ ਮੱਲੜ ਅੱਗੇ ਅੱਠਵਾਂ ਪ੍ਰਸ਼ਨ ਇਨਾਂ ਵਿੱਚੋਂ ਕਿਹੜਾ ਰਸਾਇਣਕ ਪਾਣੀ ਨੂੰ ਕਿਟਾ ਕਿਟਾ ਨੂੰ ਰਹਿਤ ਕਰਨ ਲਈ ਵਰਤਿਆ ਜਾਂਦਾ ਹੈ ਇਹਦਾ ਸਜੂਆ ਕਲੋਰੀਨ ਕਲੋਰੀਨ ਸਹੀ ਅਨਸਰ ਹੈ ਅਗਿਨੋਮਾ ਹੈਗਾ ਸਧਾਨ ਪਿੰਦੁਰਮ ਦੇਸ਼ ਗਤੀ ਦੇ ਉਦਾਹਰਨ ਹੈ ਕਿਰਿ ਗਤੀ ਦੇ ਉਦਾਹਰਨ ਨਾ ਇਹਦਾ ਸਜੂ ਉੜਾ ਸਧ ਰੇਖੀ ਗਤੀ ਦੀ ਉੜਾ ਇਹਦਾ ਸਹੀ ਅਨਸਰ ਹੈ ਅਗੇਗਾ ਦੂਸਰਾ ਉਪਰੋਕਤ ਸ਼ਬਦਾਂ ਦੀ ਵਰਤੂ ਹੇਠਾਂ ਦਿੱਤੇ ਖਾਲੀ ਥਾਂ ਪਾਣ ਨਿਬਸਤ ਕਰੋ ਇਹ ਜੋ ਸ਼ਬਦ ਲਿਖੀ ਗਏ ਹਨ ਇਹਨਾਂ ਤੁਸੀਂ ਖਾਲੀ ਥਾਂਵਾਂ ਦੇ ਵਿੱਚ ਭਰਨਾ ਹੈ ਜੇ ਪਹਿਲਾ ਆ ਗਿਆ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਦਾ ਹੈ ਇਦਾਂਸ ਰਾਜੂਆ ਜਿਗਰ ਜਿਗਰ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਗ੍ਰੰਥੀ ਹੈ ਕਿ ਦੂਸਰਾ ਲਿਟਮਸ ਅਤੇ ਹਲਦੀ ਦਾ ਸੂਚਕ ਹਨ ਕੁਦਰਤੀ ਲਿਟਮਸ ਅਤੇ ਹਲਦੀ ਕੁਦਰਤੀ ਸੂਚਕ ਹਨ ਅਗਰ ਤੀਸਰਾ ਦਾਸ਼ ਮਿੱਟੀ ਫਸਲ ਉਗਣ ਲਈ ਸਭ ਤੋਂ ਚੰਗੀ ਹੈ ਦੋਮੜ ਦੂਮਤ ਮਿੱਟੀ ਫਸਲ ਉਗਾਉਣ ਲਈ ਸਭ ਤੋਂ ਚੰਗੀ ਹੈ ਅਗੇ ਚੌਥਾ ਪੱਤਿਆਂ ਵਿੱਚ ਗੈਸ ਦੀ ਅਦਰਾ ਬਦਲੀ ਦੇਸ਼ ਰਾਹੀ ਹੁੰਦੀ ਹੈ ਇਹਦਾ ਸਜੂਆ ਸਟੋਮੇਠਾ ਪੱਤੇ ਵਿੱਚ ਗੈਸ ਦੀ ਅਦਰਾ ਬਦਲੀ ਸਟੋਮੇਠਾ ਰਾਹੀ ਹੁੰਦੀ ਹੈ ਅਗਿਆ ਗਿਆ ਪੰਜਵਾਂ ਦੇਸ਼ ਪ੍ਰਜਨਨ ਵਿੱਚ ਜੀਵਨ ਦੇ ਹਨ ਲਿੰਗੀ ਲਿੰਗੀ ਪ੍ਰਜਨਨ ਵਿੱਚ ਜੀਵ ਬੰਦੇ ਹਨ ਅਗਸ਼ਿਮਾ ਇੱਕ ਕੜੀ ਦੀ ਵਸਤੂ ਦੇਸ਼ ਮਾਪਣ ਲਈ ਕੀਤੀ ਜਾਂਦੀ ਹੈ ਇਹਦਾ ਸਜੋ ਸਮਾ ਸਮਾ ਇੱਕ ਇੱਕ ਘੜੀ ਦੀ ਵਸਤੂ ਸਮਾਂ ਮਾਪਣ ਲਈ ਕਿੱਟੀ ਜਾਂਦੀ ਹੈ ਅਗਗੇ 7ਵਾਂ ਦੋ ਜਾਂ ਦੋ ਤੋਂ ਵੱਧ ਸੈੱਲ ਦਾ ਜੋੜ ਨੂੰ ਡੈਸ਼ ਕਹਿੰਦੇ ਹਨ ਇਹਦਾ ਸਾਨੂੰ ਬੈਂਟਰੀ ਦੋ ਜਾਂ ਦੋ ਤੋਂ ਵੱਧ ਸੈੱਲਾਂ ਦੇ ਜੋੜ ਨੂੰ ਬੈਂਟਰੀ ਕਿਹਾ ਜਾਂਦਾ ਹੈ ਅਗਗੇ 8ਵਾਂ ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ਹੈ ਪ੍ਰਕਾਸ਼ ਸੰਸ਼ਲੇਸ਼ਣ ਦਾ ਪਹਿਲਾ ਉਤਪਾਦ ਗਲੂਕੋਜ਼ ਹੈ ਅਗਗੇ 9ਵਾਂ ਗਤੀਸ਼ੀਲ ਹਵਾ ਨੂੰ ਡੈਸ਼ ਸ੍ਰੇ ਕਹਿੰਦੇ ਨੇ ਗਤੀਸ਼੍ਰੀ ਹਵਾ ਨੂੰ ਪਾਉਨ ਅਗਗਣ ਤੀਸਰਾ ਕਾਲਮ 1 ਦੇ ਭਾਗਾਂ ਨੂੰ ਦਾ ਕਾਲਮ 2 ਦੇ ਭਾਗਾਂ ਨਾਲ ਸਹੀ ਮਿਲਾਨ ਕਰੋ ਇਹਨਾਂ ਤੁਸੀਂ ਆਪਸ ਵਿੱਚ ਸਹੀ ਮਿਲਾਨ ਕਰਨਾ ਹੈ ਜੋ ਸਿਧਾਂਤ ਤੁਹਾਨੂੰ ਕਰਵਾ ਦਿੰਦੇ ਆ ਕਿ ਮੈਂ ਪਹਿਲਾ ਹੈਗਾ ਸਹਿਤੂਤ ਦੇ ਪੱਤੇ ਸਹਿਤੂਤ ਦੇ ਪੱਤੇ ਮਿਲ ਜਾਣਗੇ ਰੇਸ਼ਮ ਦੇ ਕੀੜੇ ਦੀ ਖਾਣਕ ਨਾਲ ਮਿਲ ਜੂਗਾ ਆਹ ਇਸਮ ਦੇ ਕੀੜੇ ਖਰਾਕਨਾ ਅਗ੍ दुसਰਾ ਹਲਕੇ ਰੰਗ ਦੇ ਕੱਪੜੇ ਹਲਕੇ ਰੰਗ ਦੇ ਆਪ ਕੱਪੜੇ ਕਦੋਂ ਪਾਉਣੇ ਗਰਮੀਆ ਵਿੱਚ ਦੇਖੋ ਸਾਰੋ ਗਰਮੀਆ ਵਿੱਚ ਅਗ੍ ਤੀਸਰਾ ਲਾਲ ਲਿਟਮਸ ਨੂਨ ਨੀਲੇ ਰੰਗ ਵਿੱਚ ਬਦਲ ਦਿੰਦਾ ਹੈ ਕੌਣ ਬਦਲ ਦਿੰਦਾ ਖਾਲੀ ਕੋਲ ਅਗ੍ ਚੌਥਾ ਮੱਛੀ ਮੱਛੀ ਕਿਹਦੇ ਨਾਲ ਸਾਰੇ ਦਿਆ ਗਰਫੜਿਆ ਰਹੀ ਅਗ੍ ਕਿ ਬਿਜਲੀ ਪ੍ਰੈਸ ਬਿਜਲੀ ਪ੍ਰੈਸ ਮਿਲ ਜੂਗਾ ਵਿਜੀਤਾ ਦਾ ਤਾਪਨ ਪ੍ਰਭਾਵ ਗਗਦ ਦੰਧ ਦੇ ਡਾਕਟਰ ਦੁਆਰਾ ਬੱਤੇ ਜਾਹਰ-ਬਾਰ ਦਰਪਣ ਦੰਧ ਦੇ ਦੁਕਤਿਆ ਦਰਪਣ ਬੱਤੇਦੇ ਨੇ ਇਹਦਾ ਸਜੂਆ ਅਪਤਲ ਦਰਪਣ ਅਗੇ ਗੇ ਸਤਮਾ ਬੜਾ ਦਾ ਸਿਲੈਂਜ ਦੀ ਬਸਤੋ ਸੁਖਮ ਸੁਖਮ ਦਾ ਸਿ ਵਿੱਚ ਕੀਤੀ ਜਾਂਦੀ ਆ ਅਗੇ ਖਾਰਾ ਪਾਣੀ ਖਾਰਾ ਪਾਣੀ ਸਮੁੰਦਰ ਸਮੁੰਦਰ ਅਤੇ ਮਹਾਸਾਗਰ ਦਾ ਖਾਰਾ ਪਾਣੀ ਹੁੰਦਾ ਇਹਦੇ ਨਾਲ ਮਿਲਾਨ ਹੋ ਜੂਆ ਇਹਨੂੰ ਤੁਸੀਂ ਦੇਖ ਸਕਦੇ ਹੋ ਜੋ ਮਿਲਾਨ ਕੀਤੇ ਨੇ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਅਗਲੇ ਚੌਥਾ ਹੇਠ ਲਿਖੇ ਵਿੱਚੋਂ ਠੀਕ ਜਗ੍ਹਾ ਗਲਤ ਦੀ ਚੋਣ ਕਰੋ ਨੌ ਹੋਣਗੇ ਇੰਨਾਂ 'ਤੇ ਤੁਸੀਂ ਸਹੀ ਗਲਤ ਹਸਣ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਜੇ ਪਹਿਲਾ ਹੈਗਾ ਕਰੋਨਿਕਲ ਥਰਮਾਮੀਟਰ ਦੀ ਰੇਂਜ 10 10 ਸੀ ਤੋਂ 110 ਸੀ ਹੈ ਆ ਬਿਲਕੁਲ ਹੀ ਗਲਤ ਆ ਗਲਤ ਆ ਜੁਆ ਅਗੇ ਦੂਸਰਾ ਪੱਤਿਆ ਤੋਂ ਖਾਦ ਦਾ ਬਨ ਇੱਕ ਭੌਤਿਕ ਪ੍ਰੇਵਤਰ ਹੈ ਆ ਸਹੀ ਆ ਅਗੇ ਦੂਸਰਾ ਮੌਸਮ ਅਤੇ ਜਲਵਾਜੂ ਦਾ ਪਦार्थ ਦਾ ਅਰਥ ਇੱਕ ਹੀ ਹੈ। ਆ ਵੀ ਸਹੀ ਮਤਲਬ ਗਲਤ ਹੈ। ਮੌਸਮ ਅਤੇ ਜਲਵਾਜੂ ਦਾ ਅਰਥ ਇੱਕ ਹੀ ਹੈ। ਆ ਗਲਤ ਹੈ। ਅਗਰ ਚੌਥਾ ਸਾਲੀਆਂ ਫਸਲਾਂ ਰੀਤੀ ਮਿੱਟੀ ਵਿੱਚ ਵਧੀਆ ਉਗਦੀਆਂ ਹਨ। ਸਾਲੀਆਂ ਫਸਲਾਂ ਰੀਤੀ ਮਿੱਟੀ ਵਿੱਚ ਨਹੀਂ ਉਗਦੀਆਂ ਕਿਉਂਕਿ ਕੁਝ ਫਸਲਾਂ ਖੂਲ ਮਿੱਟੀ ਚਾਹੀਦੀ ਹੁੰਦੀ ਹੈ ਤੇ ਕੁਝ ਨੂੰ ਹੋਰ ਅੱਗੇ ਪੰਜਵਾਂ ਹੈਗਾ ਪਲਾਜ਼ਮਾ ਖੂਨ ਦਾ ਥੋਸ਼ ਭਾਗ ਹੈ। ਆ ਵੀ ਗਲਤ ਹੈ। ਅਗੇ ਸ਼ਿਮਾ ਕਲਮਾ ਲਗਾਉਣ ਨੂੰ ਅਤੇ ਪਿਓ ਤੇ ਚੜਾਉਣ ਨੂੰ ਪ੍ਰਜਨਨ ਪ੍ਰਜਨਨ ਦੇ ਕੁਦਰਤੀ ਤੰਗ ਹਨ ਇਹ ਸਹੀ ਆ ਅਗੇ ਸਮਤਾ ਦਰਪਨ ਦੁਆਰਾ ਬਣਾਈ ਪਤੀਬ ਵਿੱਚ ਹਮੇਸ਼ਾ ਦਰਪਨ ਦੇ ਸਾਹਮਣੇ ਬੰਦਾ ਹੈ ਬੰਦੇ ਹਨ ਆ ਇਹ ਗੈ ਬਿਲਕੁਲ ਗਲਤ ਆ ਅਗੇ ਅੱਠਵਾਂ ਪਸ਼ੂ ਨੂੰ ਬੱਧ ਚਰਾਉਣ ਨਾਲ ਜੰਗਲਾਂ ਦੀ ਹਾਨੀ ਹੁੰਦੀ ਹੈ ਆ ਸਹੀ ਆ ਅਗਨੋਮਾ ਪੋਲੀਥੀਨ ਦੇ ਲਿਫਾਫੇ ਨਾਲੀਆਂ ਵਿੱਚ ਸੁੱਟੋ ਆ ਗਲਤ ਗੱਲ ਇਸ ਕਹ ਗਲਤ ਆ ਜੂਗਾ ਇਸਪਾਕੇ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਅਗਗਾ ਪ੍ਰਸ਼ਨ ਨੰਬਰ 5 ਦੋ ਅੰਕਾਂ ਬਈ ਪ੍ਰਸ਼ਨ ਜੋ ਕਿ ਲੱਪਕਾ 10 ਪ੍ਰਸ਼ਨ ਹੋਣਗੇ ਦੋ ਦੋ ਅੰਕ ਦੇ ਹੋਣਗੇ ਇਹਨਾਂ ਦੇ ਤੁਸੀਂ ਉੱਤਰ ਦੇਣੇ ਹਨ ਇਹ 10 ਪ੍ਰਸ਼ਨ ਹਨ ਇਹ ਸਤੋਂ ਨੂੰ ਕਰਵਾ ਦੇਣੇ ਆ ਪਹਿਲਾ ਹੈਗਾ ਪ੍ਰਸ਼ਨ ਬੰਨਾ ਪਾਚਨ ਪ੍ਰਣਾਲੀ ਦੇ ਬਖਵਖ ਭਾਗਾਂ ਦੇ ਨਾਮ ਲਿਖੋ ਇਹਦਾ ਸਭ ਪਾਚਨ ਪ੍ਰਣਾਲੀ ਦੇ ਪਾਚਨ ਨਲੀ ਦੇ ਭਾਗ ਪਾਚਨ ਨਲੀ ਦੇ ਬਖਵਖ ਭਾਗ ਇੱਥੇ ਲਿਖਣ ਪਹਿਲਾ ਭਾਗ ਹੈਗਾ ਮੂੰਹ ਦੀ ਖੋਲ ਦੂਸਰਾ ਭੋਜਨ ਨਾਲ ਤੀਸਰਾ ਹੈ ਗਪੇਟ ਚੌਥਾ ਸ਼ੂਤੀਆ ਅੰਦਰ ਪੰਜਵਾਂ ਵੱਡੀ ਅੰਦਰ ਛੇਮਾ ਰੈਕਟਮ ਅਤੇ ਸੱਤਮਾ ਮਲਦੂ ਮਲਦੂ ਦੁਆਰਾ ਅੱਗੇ ਪ੍ਰਸ਼ਨ ਨੰਬਰ 2 ਚਾਲਕ ਅਤੇ ਰੋਧਕ ਕੀ ਹੁੰਦੇ ਹਨ ਚਾਲਕ ਦੱਸਦਿਆਂ ਜਿਹਦੇ ਪਦਾਰਥ ਜਿੰਨਾ ਵਿੱਚੋਂ ਤਾਪ ਦਾਸ ਵਧੀਆ ਸੰਚਾਰ ਹੁੰਦਾ ਹੈ ਅਰਥਾਤ ਉਹਨਾਂ ਵਿੱਚੋਂ ਤਾਪ ਆਸਾਨੀ ਨਾਲ ਰੰਗ ਸਕਦਾ ਹੈ ਉਹਨਾਂ ਨੂੰ ਚਾਲਕ ਜਾਂ ਸੁਚਾਲਕ ਕਿਹਾ ਜਾਂਦਾ ਹੈ ਸਾਲੀਆਂ ਤਾਤਾਂ ਚਾਲਕ ਹੁੰਦੀ ਹਨ ਅਗਰੋਧਕ ਜਿਹੜੇ ਪਦਾਰਥ ਜਿਹੜੇ ਪਦਾਰਥ ਬਿਨਾਂ ਵਿੱਚੋਂ ਜਿੰਨਾ ਵਿੱਚੋਂ ਤਾਪ ਦਾ ਸੰਚਾਰ ਸੌਖਾ ਜਾਂ ਆਸਾਨੀ ਦੇ ਵਧੀਆ ਤਰੀਕੇ ਤੇ ਨਹੀਂ ਹੁੰਦਾ ਉਹਨਾਂ ਨੂੰ ਰੋਧਕ ਕਿਹਾ ਜਾਂਦਾ ਹੈ ਜਿਵੇਂ ਰਬੜ ਲੱਕੜ ਆਦਿ ਅਗ੍ਰੇਸ਼ਨ ਬਦੋ ਤੇ ਜਾਬ ਅਤੇ ਖਾਰ ਵਿੱਚ ਅੰਤ ਲਿਖੋ ਇਹਦਾ ਪਹਿਲਾ ਅੰਤਰ ਹੁੰਦਾ ਤਿਜਾਬ ਹੁੰਦੇ ਨੇ ਸਵਾਦ ਵਿੱਚ ਖੱਟੇ ਪਰ ਜੋ ਖਾਰ ਹੁੰਦੇ ਨੇ ਉਹ ਕੋਰੇ ਹੁੰਦੇ ਨੇ ਜੋ ਤੇਜਾਬ ਹੁੰਦੇ ਨੇ ਉਹ ਨੀਲੇ ਲਿਟਮਸ ਨੂੰ ਨੀਲੇ ਲਿਟਮਸ ਦੇ ਕੋਲ ਵਿੱਚ ਲਾਲ ਰੰਗ ਬਦਲ ਦਿੰਦੇ ਹਨ ਅਗਿਆ ਕੇ ਦੂਸਰਾ ਜੋ ਮਤ ਖਾਰ ਹੁੰਦੇ ਨੇ ਇਹ ਲਾਲ ਲਿਟਮਸ ਦੇ ਕੋਲ ਨੂੰ ਨੀਲੇ ਰੰਗ ਵਿੱਚ ਬਦਲ ਦਿੰਦੇ ਹਨ ਅਗੇ ਹੁਣ ਜੋ ਤੇਜਾਬ ਹੁੰਦੇ ਨੇ ਇਹ ਸੋਹਣ ਦੇ ਇਸ ਸਹਨ ਦੇ ਸਾਬਰ ਵਗੇ ਚੀਕ ਨਹੀਂ ਜਪਦੇ ਹਨ ਪਰ ਜੋ ਖਾਰ ਹੁੰਦੇ ਨੇ ਇਹ ਸੋਹਣ ਦੇ ਵਿੱਚ ਸਾਬਨ ਦੇ ਵਰਗੇ ਚੀਕ ਨੇ ਜਪਦੇ ਹਨ ਤੁਹਾਨੂੰ ਦੱਸਦੇ ਮੈਂ ਜੋ ਸਤੇਜਾਬ ਹੁੰਦਾ ਉਸ ਮਤਲਬ ਸਾਬਨ ਦੇ ਬਰਗਰ ਨਹੀਂ ਹੁੰਦਾ ਬਚੀਕਨੇ ਨਹੀਂ ਹੁੰਦੇ ਜੋ ਖਾਸ ਹੁੰਦੇ ਹਨ ਉਹ ਚੀਕਨੇ ਹੁੰਦੇ ਹਨ ਅਗਲਾ ਪ੍ਰਸ਼ਨ ਨੰਬਰ 4 ਜਲਵਾਯੂ ਪਰਿਵਰਤਨ ਦੇ ਦੋ ਪ੍ਰਭਾਵ ਲਿਖੋ ਪਹਿਲਾ ਪ੍ਰਭਾਵ ਹੈ ਗਲੋਬਲ ਵਾਰਮਿੰਗ ਜਾਂ ਵਿਸ਼ਵ ਬੋਤਾਪਨ ਅਨੇਜ ਅਨੇਭਾ ਜੰਗਲਾਂ ਦੀ ਕਟਾਈ ਅਤੇ ਪਥਰਤ ਬੱਲਨ ਦੀ ਬੱਲਨ ਕਿਰਨਾਰ ਹਵਾ ਵਿੱਚ ਕਾਰਬਨ ਡਾਈਆਕਸਾਈਡ ਦੀ ਪ੍ਰਤੀਸ਼ਤ ਪ੍ਰਤੀਸ਼ਤਾ ਵਧ ਰਹੀ ਹੈ ਕਾਰਬਨ ਡਾਈਆਕਸਾਈਡ ਗੈਸ ਗਲਾਸ ਗਲਾਸ ਹਾਊਸ ਦੀ ਤਰ੍ਹਾਂ ਵਰਤਾਓ ਕਰਦੀ ਹੈ ਅਤੇ ਸੂਰਜ ਦੇ ਪ੍ਰਕਾਸ਼ ਵਿੱਚ ਇਨਫਰਾ ਰੈਡ ਬਿਕਰਨ ਨੂੰ ਸੋਖ ਲੈਂਦੀ ਹੈ ਜਿਸ ਨਾਲ ਤਾਪਮਾਨ ਵੱਧ ਹੈ ਇਸ ਇਸ ਕਾਰਨ ਹਰਾ ਕੀ ਪ੍ਰਵਾ ਵਧਦਾ ਜਾ ਰਿਹਾ ਹੈ ਸਿੱਤਜੁਗ ਗਲੇਸ਼ੀਅਰ ਪਿਗੜ ਰਹੇ ਹਨ ਗਲੇਸ਼ੀਅ ਦਾ ਪਿਗਲ ਪਿਗਲਣਾ ਜਲੀ ਜੀਬਾ ਲਈ ਖਤਰੀ ਦੀ ਕਰਤੀ ਹੈ ਅਗੇ ਦੂਸਰਾ ਬਰਫ ਪਿਗਲਣਾ ਸਮੁੰਦਰ ਦਾ ਲੈਵਲ ਬਦਲ ਰਿਹਾ ਹੈ ਜਿਸ ਕਾਰਨ ਕਈ ਤੱਤੀ ਖੇਤ ਸਹਿਰਾ ਵਿੱਚ ਖਤਰਾ ਪੈਦਾ ਹੋ ਗਿਆ ਹੈ ਪ੍ਰਸ਼ਨ ਨੰਬਰ 5 ਪਾਰੀਕਸ ਤੋਂ ਬਾਅਦ ਸਾਨੂੰ ਥਕਾਪਤ ਕਿਉਂ ਹੋ ਜਾਂਦੀ ਹੈ ਇਸ ਦਾ ਸਰਜੋ ਪਾਰੀਕਸ ਤੋਂ ਬਾਅਦ ਪਾਸਪਸ਼ੀਆਂ ਵਿੱਚ ਸਾਨੂੰ ਥਕਾਪਤ ਮਹਿਸੂਸ ਹੁੰਦੀ ਹੈ ਅਨ ਅਜਿਹਾ ਅਨਕਸਿਸ਼ ਹ ਕਿਰਿਆ ਕਾਰਨ ਹੁੰਦਾ ਹੈ ਇਸ ਕਿਰਿਆ ਵਿੱਚ ਆਕਸੀਜਨ ਦੀ ਗੈਰ ਮੌਜੂਦਗੀ ਵਿੱਚ ਗੁਰੂਕੋਸ਼ ਦੀ ਅਸ਼ਕ ਆਕਸੀਜਨ ਕਿਰਿਆ ਕਾਰਨ ਲੈੈਟਿਕ ਐਸਿਡ ਪੈਦਾ ਪੈਂਦਾ ਹੈ ਲੈੈਟਿਕ ਐਸਿਡ ਦਾ ਮਸਪੇਸ਼ੀ ਵਿੱਚ ਜਮਾ ਹੋਣ ਕਾਰਨ ਥਕਾਪਤ ਅਤੇ ਅਕੜਨ ਮਹਿਸੂਸ ਹੁੰਦੀ ਹੈ ਪ੍ਰਸ਼ਨ ਨੰਬਰ 6 ਫੁੱਲ ਦੇ ਲਿੰਗੀ ਭਾਗਾਂ ਦੇ ਨਾਮ ਲਿਖੋ ਇਹਦਾ ਜਵਾਬ ਫੁੱਲ ਦੇ ਦੋ ਭਾਗ ਹੁੰਦੇ ਪਰਲੇਗਾ ਪਕਿਸਰ ਤੇ ਇਸ ਤਰੀਕੇ ਸਰ ਇਹ ਦੋ ਭਾਗ ਹੁੰਦੇ ਨੇ ਅੱਗੇ ਸੱਤਵਾਂ ਬਿਜਲੀ ਫਿਊਜ ਕੀ ਹੁੰਦਾ ਹੈ ਬਿਜਲੀ ਦੀ ਸਪਲਾਈ ਵਿੱਚ ਇਸ ਦੀ ਕੀਮਤਤਾ ਹੈ ਆ ਤਾਂ ਦੱਸ ਦਿੰਦੇ ਨੇ ਬਿਜਲੀ ਫਿਊਜ ਕਦੇ-ਕਦੇ ਕਰ ਅਤੇ ਕਾਰਖਾਨੇ ਵਿੱਚ ਬਿਜਲੀ ਦੀ ਦੋਰੀ ਦੀਆਂ ਦੋਨਾਂ ਤਾਰਾਂ ਇੱਕ ਦੂਜੇ ਦੇ ਸੰਪਰਕ ਵਿੱਚ ਆ ਜਾਂਦੀਆਂ ਹਨ ਤਾਂ ਸ਼ਾਰਟ ਸਰਕਟ ਹੋ ਜਾਂਦਾ ਹੈ ਜਿਸ ਤੋ ਸਰਕਟ ਦਾ ਪਤਿਰੋਧ ਘੱਟ ਹੋਣ ਕਾਰਨ ਵਿਜੀਤਾ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਤਾਪ ਪੈਦਾ ਹੋਣ ਕਾਰਨ ਬਿਜਲੀ ਉਪਕਰਨਾਂ ਨੂੰ ਅੱਗ ਲੱਗ ਜਾਂਦੀ ਹੈ ਇਸ ਦੇ ਖਤਰੇ ਤੋਂ ਬਚਣ ਲਈ ਸਰਕਟ ਦੇ ਤਾਲਾ ਵਿੱਚ ਫਿਊਜ ਤਾਰ ਲਗਾਈ ਜਾਂਦੀ ਹੈ ਅਗੇ ਬਣਾਪਤ ਆਮ ਤੌਰ ਤੇ ਫਿਊਜ ਤਾਰ ਤਾਰ ਤਾਂਬਾ ਤੀਨ ਅਤੇ ਲੈਡ ਦੇ ਮਿਸ਼ਰਣ ਤੋਂ ਬਣਿਆ ਇੱਕ ਇੱਕ ਛੋਟੀ ਜਿਹੀ ਪਤਲੀ ਤਾਰ ਦਾ ਹੁੰਦਾ ਹੈ ਜਿਸ ਦਾ ਪਿਗਰਾ ਉਹ ਦਰਜਾ ਤਾਂਬੇ ਦੀ ਤੁਲਨਾ ਨਾਲੋਂ ਬਹੁਤ ਘੱਟ ਹੁੰਦਾ ਹੈ ਇਹ ਤਾਰ ਨੂੰ ਨਿਯਮਿਤੀ ਹੋਲਡਰ ਵਿੱਚ ਵਿੱਚ ਲੱਗੇ ਦੋ ਟਰਮੀਨਲ ਵਿਚਕਾਰ ਜੋੜ ਦਿੱਤਾ ਜਾਂਦਾ ਹੈ ਇਸ ਦਾ ਜਵਾਬ ਅੱਗੇ ਆ ਗਿਆ ਪ੍ਰਸ਼ਨ ਨੰਬਰ 8 ਸਮੁੰਦਰ ਅਤੇ ਮਹਾਸਾਗਰ ਦਾ ਪਾਣੀ ਪੀਣ ਯੋਗ ਕਿਉਂ ਨਹੀਂ ਹੁੰਦਾ ਇਸ ਦਾ ਜਵਾਬ ਸਮੁੰਦਰ ਅਤੇ ਮਹਾਸਾਗਰ ਦਾ ਪਾਣੀ ਪੀਣ ਯੋਗ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਅधिक ਮਾਤਰਾ ਵਿੱਚ ਲੂਣ ਘੁਲਿਆ ਹੋਇਆ ਹੁੰਦਾ ਹੈ ਇਹ 1 ਲੀਟਰ ਸਮੁੰਦਰ 1 ਲੀਟਰ ਸਮੁੰਦਰ ਪਾਣੀ ਵਿੱਚ 35 ਗ੍ਰਾਮ ਲੂਨ ਘੁਲੇ ਹੁੰਦੇ ਹਨ ਇਸ ਪਾਣੀ ਨੂੰ ਪੀਣ ਨਾਲ ਨਿਰਜਰੀ ਕਰਨ ਗੁਲਦੇ ਫੇਰ बेहोशी ਅਤੇ ਮੌਤ ਵੀ ਹੋ ਸਕਦੀ ਹੈ ਅੱਗੇ ਅੱਗੇ ਪ੍ਰਸ਼ਨ ਨੰਬਰ 9 ਤੇਲ ਕਿਉਂ ਆਦੀ ਨੂੰ ਦਰੇਨ ਵਿੱਚ ਕਿਉਂ ਨਹੀਂ ਸੁੱਤਣਾ ਚਾਹੁੰਦਾ ਇਹਦਾ ਸਜੋ ਤੇਲ ਕਿਉਂ ਆਦੀ ਨੂੰ ਦਰੇਨ ਵਿੱਚ ਨਹੀਂ ਸੁੱਤਣਾ ਚਾਹੁੰਦਾ ਚਾਹੇ ਦਾ ਖਾਣਾ ਬਣਾਉਣ ਵਾਲੇ ਬੱਚੇ ਹੋਏ ਤੇਲ ਕਿਉਂ ਤੇ ਦਰੇਨ ਵਿੱਚ ਸੁਤ ਸੁਤਨ ਦਿ타 ਕੁੜੇ ਦਾ ਵਿੱਚ ਪਾਉਣਾ ਕਿਉਂ ਪਾਉ ਕਿਉਂਕਿ ਇਹ ਸਖਤ ਹੋ ਕੇ ਨਿਕਾਸ ਵਾਲੀਆਂ ਪਾਈਪਾਂ ਵਿੱਚ ਬੰਦ ਹੋ ਸਕਦੇ ਹਨ ਖੁੱਲੀ ਥਾਂ ਵਿੱਚ ਵਿੱਚ ਮਿੱਟੀ ਵਿਚਲੇ ਮੁਸਾਮਾ ਨੂੰ ਵੀ ਬੰਦ ਕਰ ਸਕਦੇ ਹਨ ਇਸ ਤੋਂ ਇਸ ਤੋਂ ਮਿੱਟੀ ਦੀ ਪਾਣੀ ਦੀ ਫਿਲਟਰ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਅੱਗੇ ਪ੍ਰਸ਼ਨ ਬਦੱਸ ਹਵਾ ਵਿੱਚ ਫੈਲਿਆ ਗੁਬਾਰਾ ਹਵਾ ਨੂੰ ਕਿਹੜਾ ਗੁੰਦਸਾਬ ਦਾ ਹੈ ਇਹਦਾ ਸਜਾ ਗਤੀਸ਼ਰ ਹਵਾ ਦਬਾਅ ਪਾਉਂਦੀ ਹੈ ਡਿਪਰੈਸ਼ਨ ਨੰਬਰ 6 ਤਿੰਨ ਅੰਕਾਂ ਬਈ ਪ੍ਰਸ਼ਨ ਹਨ ਇੰਨੇ ਤੁਸੀਂ ਉੱਤਰ ਦੇਣੇ ਹਨ ਪ੍ਰਸ਼ਨ ਨੰਬਰ 1 ਪ੍ਰਕਾਸ਼ ਸੰਵੇਸ਼ਨ ਕਿਰਿਆ ਕੀ ਹੈ ਪ੍ਰਕਾਸ਼ ਸੰਵੇਸ਼ਨ ਲਈ ਲੋੜੀਂਦੀ ਸਮਗਰੀ ਦਾ ਨਾਮ ਲਿਖੋ ਪ੍ਰਕਾਸ਼ ਸੰਵੇਸ਼ਨ ਕਿਰਿਆ ਪ੍ਰਕਾਸ਼ ਸੰਸ਼ਲੇਸ਼ਣ ਅਜਿਹੀ ਕਿਰਿਆ ਹੈ ਜਿਸ ਵਿੱਚ ਪੌਦੇ ਦੁਆਰਾ ਸੂਰਜੀ ਊਲਦ ਭੋਜਨ ਦਾ ਨਿਰਮਾਣ ਹੁੰਦਾ ਹੈ ਇਸ ਕਿਰਿਆ ਦੇ ਦੌਰਾਨ ਸੂਰਜ ਪ੍ਰਕਾਸ਼ ਊਰਜਾ ਅਤੇ ਪੌਦਿਆਂ ਦੇ ਹਰੇ ਰੰਗ ਹਰੇ ਰੰਗ ਦਾ ਪਦਾਰਥ ਦੀ ਮੌਜੂਦਗੀ ਵਿੱਚ ਕਾਰਬਨ ਡਾਈਆਕਸਾਈਡ ਅਤੇ ਪਾਣੀ ਨੂੰ ਗ루ਕੋਜ਼ ਵਿੱਚ ਸੰశ్ਲੇਸ਼ਿਤ ਕੀਤਾ ਜਾਂਦਾ ਹੈ ਇਸ ਕਿਰਿਆ ਵਿੱਚ ਪੌਦੇ ਸੂਰਜੀ ਸੂਰਜੀ ਊਰਜਾ ਨੂੰ ਰਸਾਇਣਿਕ ਊਰਜਾ ਵਿੱਚ ਪ੍ਰिवर्तਿਤ ਕਰਦੇ ਹਨ ਪ੍ਰਕਾਸ਼ ਸੰਸ਼ਲੇਸ਼ਣ ਵਿੱਚ ਜਰੂਰੀ ਸਮਗਰੀ ਪਹਿਲਾ ਹੈ ਜੋ ਕਾਰਬਨ ਡਾਈਆਕਸਾਈਡ ਦੂਸਰਾ ਪਾਣੀ ਤੇ ਤੀਜਾ ਸੂਰਜੀ ਪ੍ਰਕਾਸ਼ ਊਰਜਾ ਅਗੇ ਪ੍ਰਸ਼ਨ ਨੰਬਰ 2 ਆਜੂਆ ਲਹੂ ਦੇ ਤਿੰਨ ਕੰਮ ਦੱਸੋ ਲਹੂ ਦਾ ਪਹਿਲਾ ਕੰਮ ਹੈ ਲਹੂ ਆਕਸੀਜਨ ਅਤੇ ਪੋਸ਼ਕਾ ਦਾ ਸਥਾਨਾਂ ਅੰਤਰ ਫੇਫੜੇ ਤੱਕ ਕਰਦੀ ਹੈ ਦੂਸਰਾ ਲਹੂ अपशिष्ट पदार्थ ਨੂੰ ਗੁਲਦਿਆ ਅਤੇ ਜਿਗਲ ਤੱਕ ਲ ਜਾਂਦਾ ਹੈ ਤੀਸਰਾ ਲਹੂ ਸਕਰਮਨ ਦਾ ਮੁਕਾਬਲਾ ਕਰਨ ਲਈ ਐਂਟੀਡੋਜ ਐਂਟੀਬਾਡੀਜ਼ ਨੂੰ ਲੈ ਕੇ ਜਾਂਦਾ ਹੈ ਅਗਲਾ ਚੌਥਾ ਹੈਗਾ ਲਹੂ ਸਰੀਰ ਦਾ ਤਾਪਮਨ ਨੂੰ ਕੰਟਰੋਲ ਕਰਦਾ ਹੈ ਅਗਲਾ ਹੈਗਾ ਪ੍ਰੈਸ਼ਰ ਨ ਬਤਨ ਇੱਕ ਪਿੰਡੂ ਰਮ 20 ਸੈਕਿੰਡ ਵਿੱਚ ਇੱਕ 20 ਸੈਕਿੰਡ ਵਿੱਚ ਸੈਕਿੰਡਾਂ ਵਿੱਚ 50 ਡੋਲਰ ਨੂੰ ਪੂਰੇ ਕਰਦਾ ਹੈ ਇਹਦਾ ਅਵਲਤਕ ਕਾਰ ਪਤਾ ਕਰੋ ਇਹਦਾ ਸਰਜੋ ਸਦਾਨ ਪਿੰਦੂਰਮ ਦੀ ਦੋਲਨ ਦੀ ਸੰਖਿਆ ਪਿਆ ਦੋਲਨਾਂ ਨੂੰ ਪੂਰਾ ਕਰਨ ਲਈ ਲੱਗਾ ਸਮਾਂ ਵੀ 20 ਆ ਪਿੰਦੂਰਮ ਦਾ ਅਵਲਤ ਕਾਰਜੋ ਆਪਾਂ ਨੇ ਪਤਾ ਕਰਨਾ ਇਹਦਾ ਫਾਰਮੂਲਾ ਆਜੂਗਾ 20 ਬਸ ਮਤਲਬ 20 ਵਟਾ ਪਿਆ ਪਾ ਲੈ ਲਾਂਗੇ ਤਾਂ ਉਹਨੂੰ ਕੱਟ ਕੇ ਆਜੂਗਾ 2/5 ਤਾਂ ਆਪਾਂ ਇਹਨੂੰ ਕੱਟ ਦੇਵਾਂਗੇ ਤਾਂ 0.4 ਸੈਕਿੰਡਸ ਉੱਤਰ ਆਜੂਦਾ ਇਹਦਾ ਅਵਲਤ ਕਾਰਜ ਆਜੂਗਾ 0.4 ਸੈਕਿੰਡਸ ਮਤਲਬ ਇੱਕ ਇੱਕ ਜੋ ਕਲਦਾ ਦੋਲਨ ਕਲਦਾ ਉਹ 0.54 ਸਕਿੰਟਾਂ ਚ ਕਲਦਾ। ਅਗਿ ਚੌਥਾ ਪ੍ਰਸ਼ਨ ਆਜੂਆ ਪ੍ਰਸ਼ਨ ਹੈ ਲੋਹੇ ਨੂੰ ਜੰਗ ਲੱਗਣ ਦੀ ਜ਼ਰੂਰਤਾਂ ਜ਼ਰੂਰੀ ਸ਼ਰਤਾਂ ਕੀ ਹਨ? ਪਹਿਲਾ ਹੈਗਾ ਲੋਹੇ ਦੀ ਵਸਤੂ ਦੀ ਖੁੱਲੀ ਸਤ੍ਹਾ ਦੂਸਰਾ ਹਵਾ ਦੀ ਮੌਜੂਦਗੀ ਤੀਸਰਾ ਨਮੀ ਸੱਲੇ ਦੀ ਮੌਜੂਦਗੀ ਇਹ ਤਿੰਨ ਚੀਜ਼ਾਂ ਚਾਹੀਦੀ ਹਨ ਜੇਕਰ ਇਹ ਚੀਜ਼ਾਂ ਮੌਜੂਦ ਹੋਣਗੇ ਤਾਂ ਹੀ ਲੋਹੇ ਨੂੰ ਜੰਗ ਲੱਗ ਸਕਦੀ ਹੈ। ਅੱਗੇ ਪੰਜਵਾਂ ਪ੍ਰਸ਼ਨ ਹੈਗਾ ਕੁਝ ਜਨਵਰਾਂ ਦੀ ਸੰਗਰੀ ਜਤ ਕਿਉਂ ਹੁੰਦੀ ਹੈ? ਇਹ ਜਦ ਸੂਜ ਕੋਜ ਕੋ ਜਨਵਰਾਂ ਦੀ ਸੰਗਰੀ ਜਦ ਤੱਕ ਕਿਉਂ ਕਿਉਂ ਉਹਨਾਂ ਦੇਣ ਵਾਲੀਆਂ ਪੇਡਾਂ ਜਿਹੜੀਆਂ ਠੰਡੇ ਖੇਤਰਾ ਵਿੱਚ ਪਾਈਆਂ ਜਾਂਦੀਆਂ ਹਨ ਉਹਨਾਂ ਦੇ ਸਰੀਰ ਦੇ ਸੰਗਰੀ ਜਦ ਤੱਕ ਹੁੰਦੀ ਹੈ ਤਾਂ ਜੋ ਉਹ ਸਰਦੀ ਵਿੱਚ ਸਰਦੀ ਵਿੱਚ ਆਪਣੇ ਸਰੀਰ ਨੂੰ ਗਰਮ ਰੱਖ ਸਕਣ ਇਹਨਾਂ ਇਹਨਾਂ ਬਾਹਲਾ ਵਿੱਚ ਬਹੁਤ ਸਾਰੀ ਹਵਾ ਫਸ ਜਾਂਦੀ ਹੈ ਇਹ ਹਵਾ ਕੁਝ ਇਹ ਹਵਾ ਤਾਪ ਦਾ ਉਚਾਲਨ ਹੋਣ ਕੰਨ ਸਰੀਰ ਦੀ ਗਰਮੀ ਨੂੰ ਬਾਹਰ ਵਾਤਾਵਰਣ ਵਿੱਚ ਸੰਚਾਲਿਤ ਹੋਣ ਤੋਂ ਰੋਕਦੇ ਹੈ ਰੋਕ ਰੈਂਦੀ ਹੈ ਇਸ ਕਕੇ ਪੀੜ ਦਾ ਸਰੀਰ ਗਰਮ ਰਹਿੰਦਾ ਹੈ ਇਸੇ ਤੁਹਾਡਾ ਪੇਪਰ ਸੀ ਸੱਤਵੀਂ ਜਮਾਤ ਤੋਂ ਬਾਅਦ ਦਾ ਸੈਸ ਦਾ ਜਿਸ ਦਿਨ ਫੋਸਟ ਕਰਵਾ ਦਿੱਤਾ ਹੈ ਪੇਪਰ ਦੀ PDF ਟੈਲੀਗ੍ਰam ਅਤੇ ਬਸਪ ਚੈਨਲ ਵਿੱਚ ਪਾ ਦਿੱਤੀਏ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ 'ਚ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਓਕੇ ਦੋਸਤੋ